ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਨਜ਼ਰ ਪਾਉਂਦੀ ਹਾਂ ਹੁਣ ਤੱਕ ਦੀਆਂ ਖਬਰਾਂ ਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਇਕੱਠ ਸੱਦ ਕੇ ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਇੱਕ ਕਨਵੈਨਸ਼ਨ ਨਿਊ ਜਰਸੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਵਿਖੇ ਹੋਈ ਸਮਾਗਮ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਅਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡਟ ਕੇ ਖੜੇ ਹੋਣ ਦਾ ਭਰੋਸਾ ਦਿੱਤਾ ਇਸ ਮੌਕੇ ਕੁਝ ਮਤੇ ਵੀ ਪਾਸ ਕੀਤੇ ਗਏ ਸਮਾਗਮ ਨੂੰ AGPC ਦੇ ਡਾਕਟਰ ਪ੍ਰਿਤਪਾਲ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਹਰਜਿੰਦਰ ਸਿੰਘ ਬੂਟਾ ਸਿੰਘ ਰਜਿੰਦਰ ਸਿੰਘ ਬਲਜਿੰਦਰ ਸਿੰਘ ਪ੍ਰਿਤਪਾਲ ਸਿੰਘ ਖਾਲਸਾ ਜਸਬੀਰ ਸਿੰਘ ਡਾਕਟਰ ਬਖਸ਼ੀਸ਼ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ ਡਾਕਟਰ ਪ੍ਰਿਤਪਾਲ ਸਿੰਘ ਅਤੇ ਹਿੰਮਤ ਸਿੰਘ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਆਖਿਆ ਹੈ ਕਿ 23 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ 50% ਖਰਚਾ ਸਹਿਤ MSP ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਉਹਨਾਂ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਇਸ ਸੰਬੰਧੀ ਕਿਸਾਨਾਂ 'ਤੇ ਦਰਜ ਕੇਸ ਖਤਮ ਕੀਤੇ ਜਾਣ ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਨੂੰ ਵਪਾਰ ਲਈ ਖੋਲ੍ਹਿਆ ਜਾਵੇ ਜੇ ਇਸ ਨਾਲ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਲਾਭ ਹੋਵੇਗਾ ਅਮਰੀਕਾ ਦੀ ਇੱਕ ਅਦਾਲਤ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਭਾਰੀ ਜੁਰਮਾਨਾ ਲਗਾਇਆ ਨਿਊਯਾਰਕ ਦੀ ਇੱਕ ਅਦਾਲਤ ਦੇ ਜੱਜ ਆਰਥਰ ਐਂਗਰੋਨ ਨੇ ਧੋਖਾਧੜੀ ਦੇ ਮਾਮਲੇ 'ਚ ਟਰੰਪ ਅਤੇ ਉਹਨਾਂ ਦੀਆਂ ਕੰਪਨੀਆਂ ਨੂੰ ਲਗਭਗ $35.5 million ਯਾਨੀ 29.46 billion ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ ਅਦਾਲਤ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਟਰੰਪ ਨੂੰ ਜੁਰਮਾਨੇ ਦੀ ਉਸ ਰਕਮ 'ਤੇ $00,000 ਦਾ ਵਿਆਜ ਵੀ ਅਦਾ ਕਰਨਾ ਪਵੇਗਾ ਇਸ ਤੋਂ ਇਲਾਵਾ ਅਦਾਲਤ ਨੇ ਡੋਨਲਡ ਟਰੰਪ 'ਤੇ ਨਿਊਯਾਰਕ ਦੀ ਕਿਸੇ ਕਾਰਪੋਰੇਸ਼ਨ 'ਚ ਅਧਿਕਾਰੀ ਜਾਂ ਡਾਇਰੈਕਟਰ ਵਜੋਂ ਕੰਮ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਹੈ ਕਿ ਟਰੰਪ ਕਿਸੇ ਹੋਰ ਕਾਨੂੰਨੀ ਅਦਾਰੇ ਵਿੱਚ 3 ਸਾਲਾਂ ਤੱਕ ਕੋਈ ਵੀ ਅਹੁਦਾ ਨਹੀਂ ਸੰਭਾਲ ਸਕਦੇ ਨੇ ਅਤੇ ਆਪਣੀ ਰਜਿਸਟਰਡ ਕੰਪਨੀ ਲਈ ਕਿਸੇ ਵਿੱਤੀ ਸੰਸਥਾ ਤੋਂ ਕਰਜ਼ੇ ਲਈ ਵੀ ਅਰਜ਼ੀ ਨਹੀਂ ਦੇ ਸਕਦੇ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਡੋਨਲਡ ਟਰੰਪ ਨੇ ਕਰਜ਼ਦਾਤਾਵਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਆਪਣੀਆਂ ਕੰਪਨੀਆਂ ਦੇ ਸੰਪੱਤੀ ਮੁੱਲ ਨੂੰ ਵਧਾ ਚੜਾ ਕੇ ਪੇਸ਼ ਕੀਤਾ ਹੈ ਮੈਨਹਟਨ ਕੋਰਟ ਦੇ ਇਸ 90 ਪੰਨਿਆਂ ਦੇ ਫੈਸਲੇ ਕਾਰਨ ਡੋਨਲਡ ਟਰੰਪ ਦਾ ਰੀਅਲ ਇਸਟੇਟ ਸਾਮਰਾਜ ਖਤਰੇ ਵਿੱਚ ਹੈ ਇਸ ਮਾਮਲੇ ਦੀ ਸੁਣਵਾਈ ਕਰੀਬ 3 ਮਹੀਨਿਆਂ ਤੋਂ ਅਦਾਲਤ ਵਿੱਚ ਚੱਲ ਰਹੀ ਸੀ ਅਦਾਲਤ ਨੇ ਟਰੰਪ ਦੇ 2 ਪੁੱਤਰਾਂ ਡੋਨਲਡ ਜੂਨੀਅਰ ਅਤੇ ਐਰਿਕ 'ਤੇ ਵੀ ਜੁਰਮਾਨਾ ਲਗਾਇਆ ਜੋ 2017 ਤੋਂ ਟਰੰਪ ਸੰਗਠਨ ਦੇ ਮੁਖੀ ਨੇ ਦੋਵਾਂ ਪੁੱਤਰਾਂ ਨੂੰ ਧੋਖਾਧੜੀ ਰਾਹੀਂ ਨਿੱਜੀ ਲਾਭ ਕਮਾਉਣ ਦੇ ਦੋਸ਼ ਹੇਠ $4 million ਯਾਨੀ 33.19 crore ਅਦਾ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ 'ਤੇ ਟਰੰਪ ਆਰਗਨਾਈਜੇਸ਼ਨ 'ਚ ਅਫਸਰ ਵਜੋਂ ਕੰਮ ਕਰਨ 'ਤੇ 2 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਰੂਸ ਨੇ 2022 ਦੇ ਸ਼ੁਰੂ ਵਿੱਚ ਯੂਕਰੇਨ ਉੱਤੇ ਆਪਣੇ ਹਮਲੇ ਦੇ ਆਸ ਪਾਸ ਕਈ ਗੁਪਤ ਸੈਨਿਕ ਉਪਗ੍ਰਹਿ ਲਾਂਚ ਕੀਤੇ ਸਨ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇਹ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਆਖਿਰ ਰੂਸੀਆਂ ਦਾ ਇਰਾਦਾ ਕੀ ਸੀ ਬਾਅਦ 'ਚ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਕਿ ਰੂਸ ਪੁਲਾੜ 'ਚ ਤੈਨਾਤ ਕੀਤੇ ਜਾਣ ਵਾਲੇ ਨਵੇਂ ਤਰ੍ਹਾਂ ਦੇ ਹਥਿਆਰ 'ਤੇ ਕੰਮ ਕਰ ਰਿਹਾ ਹੈ ਇਹ ਉਹਨਾਂ ਹਜ਼ਾਰਾਂ ਸੈਟੇਲਾਈਟਾਂ ਲਈ ਖਤਰਾ ਬਣ ਸਕਦਾ ਹੈ ਜੋ ਦੁਨੀਆ ਵਿੱਚ ਸੰਪਰਕ ਬਣਾਈ ਰੱਖਦੇ ਨੇ ਪਿਛਲੇ ਕੁਝ ਹਫ਼ਤਿਆਂ 'ਚ ਅਮਰੀਕੀ ਖੁਫੀਆ ਏਜੰਸੀਆਂ ਨੇ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਇਹਨਾਂ ਮੁਤਾਬਕ ਇੱਕ ਹੋਰ ਸੈਟੇਲਾਈਟ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਰੂਸ ਆਖਿਰ ਚਾਹੁੰਦਾ ਕੀ ਹੈ ਇਸ ਜਾਣਕਾਰੀ ਨੇ ਰਾਸ਼ਟਰਪਤੀ ਬਾਈਡਨ ਦੀ ਸਰਕਾਰ ਨੂੰ ਚਿੰਤਿਤ ਕਰ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਰੂਸ ਪੁਲਾੜ 'ਚ ਪਰਮਾਣੂ ਹਥਿਆਰ ਤੈਨਾਤ ਕਰਦਾ ਹੈ ਤਾਂ ਵੀ ਉਹਨਾਂ 'ਤੇ ਗੋਲੀਬਾਰੀ ਨਹੀਂ ਕੀਤੀ ਜਾਵੇਗੀ ਇਸ ਦੀ ਬਜਾਏ ਇਹ ਧਰਤੀ ਦੇ ਹੇਠਲੀ ਸ਼੍ਰੇਣੀ ਵਿੱਚ ਇੱਕ ਟਾਈਮ ਬੰਬ ਵਾਂਗ ਮੰਡਰਾਉਂਦਾ ਰਹੇਗਾ ਇਸ ਤਰ੍ਹਾਂ ਪੁਤਿਨ ਦੁਨੀਆ ਨੂੰ ਇਹ ਯਾਦ ਦਿਵਾਉਣਾ ਜਾਰੀ ਰੱਖੇਗਾ ਕਿ ਜੇ ਯੂਕਰੇਨ ਦੀਆਂ ਇੱਛਾਵਾਂ ਵਿਰੁੱਧ ਫੌਜੀ ਕਾਰਵਾਈ ਜਾਂ ਸਖ਼ਤ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਤਾਂ ਉਹ ਧਰਤੀ 'ਤੇ ਮਨੁੱਖਾਂ ਨੂੰ ਨਿਸ਼ਾਨਾ ਬਣਾਏ ਬਿਨਾਂ ਆਰਥਿਕਤਾ ਨੂੰ ਤਬਾਹ ਕਰ ਸਕਦਾ ਹੈ ਅਨਿਸ਼ਚਿਤ ਸਥਿਤੀ ਦੇ ਬਾਵਜੂਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚੀਨ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਕੇ ਰੂਸ ਦੀ ਸੰਭਾਵਿਤ ਪਰਮਾਣੂ ਪਹਿਲਕਦਮੀ 'ਤੇ ਚਰਚਾ ਕੀਤੀ ਹੈ ਉਹਨਾਂ ਨੇ ਮਿਊਨਿਕ ਸੁਰੱਖਿਆ ਸੰਮੇਲਨ ਦੌਰਾਨ ਵੱਖਰੇ ਤੌਰ 'ਤੇ ਇਸ ਮੁੱਦੇ 'ਤੇ ਚਰਚਾ ਕੀਤੀ ਬਲਿੰਕਨ ਦਾ ਸੰਦੇਸ਼ ਬਹੁਤ ਸਪਸ਼ਟ ਸੀ ਉਹਨਾਂ ਕਿਹਾ ਕਿ ਪੁਲਾੜ ਵਿੱਚ ਪਰਮਾਣੂ ਧਮਾਕਾ ਨਾ ਸਿਰਫ ਅਮਰੀਕੀ ਸਗੋਂ ਭਾਰਤੀ ਅਤੇ ਚੀਨੀ ਉਪਗ੍ਰਹਿ ਵੀ ਤਬਾਹ ਕਰ ਦੇਵੇਗਾ ਬਲਿੰਕਨ ਨੇ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਨੂੰ ਕਿਹਾ ਹੈ ਕਿ ਪੁਤਿਨ ਨੇ ਸਪਸ਼ਟ ਤੌਰ 'ਤੇ ਅਮਰੀਕਾ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ ਇਸ ਲਈ ਚੀਨੀ ਰਾਸ਼ਟਰਪਤੀ ਸ਼ੀ ਜਿੰਗਪਿੰਗ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਰਚਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ
ब्लिंकन ने कहा कि अजिही समर्था का विकास चिंता का विषय है। अमरीकी विदेश विभाग ने एक बयान विच किया है, ये अस्पष्ट है कि ब्लिंकन ने चीन के विदेश मंत्री वांग यी अते भारत के एस जयशंकर नूं 2022 के रूसी सैटेलाइट परीक्षणों बारे किन्नी जानकारी दिती है। अमरीकी अधिकारियों ने कहा कुछ खुफिया अधिकारियों ने रूसी प्रोग्राम का पता लगाया। अमरीकी अधिकारियों अते बाहरी विश्लेषकों का कहना है कि पुलाड़ विच परमाणु धमाका दुनिया की संचार प्रणाली नूं तबाह कर देवेगा। एमरजेंसी सेवावां तों लैके मोबाइल फोन जनरेटर पंप बंद रहणगे। धमाके का मलबा धरती के हेठले पंद विच खिलर जाएगा। इंटरनेट संचार विच वरते जाते स्टार लिंक सैटेलाइटा अते जसूसी सैटेलाइटा समेत हर चीज़ लई काम करना मुश्किल हो जाएगा। 1967 की बारी पुलाड़ संधि तो पहला अमरीका अते सोवियत संघ ने पुलाड़ विच परमाणु हथियारों का परीक्षण किया। संधि धरती के पंद विच परमाणु हथियारों रखण अते विस्फोट करन ते पाबंदी लगाती है। जिक्र योग है कि 1968 विच प्रशांत महासागर विच जॉनस्टन टापू तो किया गया अमरीकी परीक्षण बहुत नुकसानदायक सी। धमाके कारण 300 किलोमीटर तक वायुमंडल विच फैलन कारण हवाई विच इलैक्ट्रॉनिक्स अते टेलीफोन सेवावां विच विघन पिया सी। अद्धी दर्जन उपग्रह पुलाड़ तो हेठा आ गए सन। न्यूयॉर्क की गवर्नर कैथी होचुल ने गाजा ते इजराइल के मौजूदा हमले के बचाव च वड्डा बयान दिता है। डेमोक्रेट पार्टी की होचुल ने इजराइल के स्वै रक्षा के अधिकार का बचाव किया है। न्यूयॉर्क विच यूजेए फेडरेशन नूं दित्ते एक भाषण विच डेमोक्रेटिक गवर्नर ने एक उदाहरण दिंदे होए गल आखी है। होचुल ने कहा कि जेकर कैनेडा कदे बफेलो शहर ते हमला करदा है ते माफ करना, पर अगले दिन कैनेडा नहीं होवेगा। होचुल ने कहा कि हमास एक अत्तवादी संगठन है जिस नूं रोकिया जाना चाहिए। किसी भी व्यक्ति नूं किसी भी देश नूं उन्हां ते मंडरा रहे खतरे दे नाल नहीं रहना चाहिए। न्यूयॉर्क की गवर्नर होचुल ने कहा कि उस दे राज दे लोकां नूं हमास अते इजराइल विचाले स्थिति नूं समझना चाहिए। डेमोक्रेट गवर्नर ने अगे कहा, इस बारे सोचो, ये एक सुभाविक प्रतिक्रिया है। तुहानू अपना बचाव करन अते यकीनी बनाउण दा अधिकार है कि अजिहा दोबारा ना होवे। इजराइल दे अपने बचाव दे अधिकार दा हवाला दिंदे होए उसने यहूदी राज लई समर्थन जाहिर किया। जिवें कि इजराइल हमास युद्ध वधदा जा रहा है अते इजराइल ने रफा विच अपनी कार्रवाई शुरू कर दिती है। इजराइल अते अमरीका विचकार तनाव वध रहा है। अमरीकी राष्ट्रपति जो बाइडन अते अमरीकी विदेश मंत्री एंटनी ब्लिंकन ने तुरंत कार्रवाई की है। इजराइली नेतावां नूं बेनती की गई है कि वह गाजा विच अपने हमले नूं घट करन अते इस लई राह तैयार करन। इस दे नाल ही दो देशों की स्थापना करके हल लभण की कोशिश की गई है। हालांकि इजराइल के प्रधानमंत्री बेंजामिन नेतन्याहू अते होर नेतावां ने सारियां योजनावां नूं रद्द कर दिता है। फलस्तीन ने कहा कि इजराइल कदे भी इस मुद्दे का समर्थन नहीं करेगा। इजराइल ने यह भी कहा है कि वह गाजा पट्टी विच अपनी फौजी कार्रवाई उदों तक जारी रखेगा जदों तक वह पूरी जित हासिल नहीं कर लैंदा है, जो कि इजराइली नेतावां अनुसार सिर्फ कुछ महीने दूर है। इजराइल ते हमास दे अत्तवादी हमले च हज़ारां निर्दोष लोगों के मारे जाने ते सैकड़े लोगों नूं बंधक बनाए जाने तों बाद इजराइल ने गाजा ते जबरदस्त जवाबी हमला किया है जिस विच हज़ारां बेकसूर लोगों की मौत हो चुकी है। अश्विन रामास्वामी अमरीका विच किसे राज जां संघी विधानसभा लई चोण लड़न वाले जनरेशन जेड तो पहले भारतीय अमरीकी बन गए ने। इस समाज विच उभर रही नौजवान सियासतदानां दी नवीं पीढ़ी दा संकेत है। रामास्वामी दे माता पिता 1990 च तमिलनाडु तो अमरीका आए सन। जनरेशन जेड जिस नूं जुमरज वजो भी जाणिया जांदा है ISS विच 1997 ते 2012 दे विचकार पैदा होए लोग शामिल हुंदे ने। रामास्वामी 24 साल दे ने। हाल ही विच इक इंटरव्यू विच उन्हां ने दस्या कि वह जॉर्जिया स्टेट सैनेट लई अपने भाईचारे का धन्यवाद करन अते इस दी सेवा करन लई चोण लड़ रहे ने। उन्होंने कहा वह यकीनी बनाना चाहते हैं कि हर किसी नूं उही मौके मिलन जो उन्होंने वड्डे होण ते मिले सन। उन्होंने कहा वह ये यकीनी बनाना चाहते हैं कि साडे कोल एक नवी आवाज़ होवे, वो लोग जो नौजवान ने जो राजनीति विच गैर रवायती पिछोकड़ तो आते हैं, क्योंकि ये असल विच महत्वपूर्ण है कि साडे कोल वो लोग होण जो साडी प्रतिनिधिता करते हैं, ना कि सिर्फ वो लोग होण जो ये करन दे समर्थ ने। रामास्वामी दूजी पीढ़ी के भारतीय अमरीकी ने अते उन्होंने सॉफ्टवेयर इंजीनियरिंग चोन सुरक्षा अते टैक्नोलॉजी कानून अते नीति खोज विच अपना करियर बनाया। और डेमोक्रेटिक पार्टी वालों जॉर्जिया के जिला 48 तो स्टेट सैनेट लई चोन लड़ रहे हैं। रामास्वामी एक डेमोक्रेट ने अते बाहर जाण वाले रिपब्लिकन सीन स्टिल की थां लैण की उम्मीद कर रहे हैं, जिस ते 6 जनवरी यूएस कैपिटल विच गड़बड़ लई साबका राष्ट्रपति डोनल्ड ट्रंप के नाल दोष लगाया गया सी।
ਜੇਕਰ ਰਾਮਾਸਵਾਮੀ ਚੋਣ ਜਿੱਤ ਜਾਂਦੇ ਨੇ ਤਾਂ ਉਹ ਜਾਰਜੀਆ ਦੇ ਪਹਿਲੇ ਜਨਰੇਸ਼ਨ ਜ਼ੈੱਡ ਰਾਜ ਸੈਨੇਟਰ ਹੋਣਗੇ ਅਤੇ ਕੰਪਿਊਟਰ ਵਿਗਿਆਨ ਅਤੇ ਕਾਨੂੰਨ ਦੀਆਂ ਡਿਗਰੀਆਂ ਰੱਖਣ ਵਾਲੇ ਇੱਥੇ ਪਹਿਲੇ ਸੈਨੇਟਰ ਹੋਣਗੇ। ਇੱਕ ਸਵਾਲ ਦੇ ਜਵਾਬ ਵਿੱਚ ਰਾਮਾਸਵਾਮੀ ਨੇ ਕਿਹਾ, ਹਰੇਕ ਵਿਅਕਤੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਮਿਆਰੀ ਸਿੱਖਿਆ ਪ੍ਰਾਪਤ ਕਰੇ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਦੀਆਂ ਨੌਕਰੀਆਂ ਅਤੇ ਆਰਥਿਕਤਾ, ਉੱਦਮਤਾ ਦੇ ਨਾਲ ਨਾਲ ਸਿਹਤ ਸੰਭਾਲ, ਪ੍ਰਜਨਨ ਅਧਿਕਾਰਾਂ ਅਤੇ ਸਾਡੇ ਲਈ ਮਹੱਤਵਪੂਰਨ ਸਾਰੇ ਮੁੱਦਿਆਂ ਤੱਕ ਪਹੁੰਚ ਹੋਵੇ। ਇਸ ਲਈ ਮੈਂ ਚੋਣ ਲੜ ਰਹੀ ਹਾਂ। ਉਹਨਾਂ ਦੇ ਮਾਤਾ ਪਿਤਾ ਵੀ ਸੂਚਨਾ ਟੈਕਨੋਲੋਜੀ ਖੇਤਰ ਨਾਲ ਜੁੜੇ ਹੋਏ ਨੇ। ਉਹਨਾਂ ਨੇ ਕਿਹਾ, ਮੇਰੇ ਮਾਤਾ ਪਿਤਾ ਦੋਵੇਂ 1990 ਦੇ ਦਹਾਕੇ ਵਿੱਚ ਅਮਰੀਕਾ ਆਏ ਸੀ। ਉਹ ਦੋਵੇਂ ਤਾਮਿਲਨਾਡੂ ਦੇ ਰਹਿਣ ਵਾਲੇ ਨੇ। ਉਹਨਾਂ ਦੀ ਮਾਂ ਚੇਨਈ ਤੋਂ ਹੈ ਅਤੇ ਪਿਤਾ ਕੋਇੰਬਟੂਰ ਤੋਂ ਨੇ। ਮੈਂ ਭਾਰਤੀ ਹਾਂ ਅਤੇ ਅਮਰੀਕੀ ਸੱਭਿਆਚਾਰ ਦੇ ਵਿਚਕਾਰ ਵੱਡਾ ਹੋਇਆ। ਮੈਂ ਹਿੰਦੂ ਹਾਂ। ਮੈਨੂੰ ਆਪਣੇ ਜੀਵਨ ਵਿੱਚ ਭਾਰਤੀ ਸੰਸਕ੍ਰਿਤੀ ਦਰਸ਼ਨ ਵਿੱਚ ਬਹੁਤ ਦਿਲਚਸਪੀ ਰਹੀ ਹੈ। ਉਹਨਾਂ ਨੇ ਦੱਸਿਆ ਕਿ ਉਹ ਚਿਨਮਿਆ ਮਿਸ਼ਨ ਕਿੰਡਰਗਾਰਟਨ ਗਏ, ਜਿੱਥੇ ਉਹਨਾਂ ਨੇ ਰਾਮਾਇਣ, ਮਹਾਭਾਰਤ ਅਤੇ ਭਗਵਦ ਗੀਤਾ ਵਰਗੇ ਮਹਾਂਕਾਵ ਪੜ੍ਹੇ। ਅਲਬਾਮਾ ਵਿੱਚ ਇੱਕ ਔਰਤ ਵੱਲੋਂ ਸਕੂਲ ਤੋਂ ਘਰ ਪਰਤ ਦੇ ਸਮੇਂ ਆਪਣੇ 7 ਸਾਲ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੋਇਜ਼ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ 9 ਫਰਵਰੀ ਨੂੰ ਬੋਇਜ਼ ਅਲਬਾਮਾ ਵਿੱਚ ਵਾਪਰੀ। ਬੋਇਜ਼ ਪੁਲਿਸ ਵਿਭਾਗ ਨੇ ਕਿਹਾ, 27 ਸਾਲਾ ਸਰਾਏ ਰਾਚੇਲ ਜੈਮਸ 'ਤੇ ਬਾਲ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ। ਪੁਲਿਸ ਮੁਤਾਬਕ ਜੈਮਸ ਉਸ ਦਿਨ ਆਪਣੇ ਬੇਟੇ ਨੂੰ ਸਕੂਲ ਤੋਂ ਲੈ ਕੇ ਆਈ ਸੀ। ਰਿਪੋਰਟ ਅਨੁਸਾਰ ਜੈਮਸ ਦੇ ਬੇਟੇ ਨੂੰ ਦੁਰਵਿਵਹਾਰ ਲਈ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਬੁਲਾਇਆ ਗਿਆ ਸੀ। ਇਸੇ ਕਾਰਨ ਜੈਮਸ ਨੇ ਉਸ ਨੂੰ ਘਰ ਲੈ ਕੇ ਜਾਂਦੇ ਸਮੇਂ ਸਜ਼ਾ ਦੇਣ ਦਾ ਫੈਸਲਾ ਕੀਤਾ। ਪੁਲਿਸ ਨੇ ਕਿਹਾ, ਜੈਮਸ ਨੇ ਸਕੂਲ ਤੋਂ ਥੋੜ੍ਹੀ ਦੂਰੀ 'ਤੇ ਕਾਰ ਨੂੰ ਰੋਕਿਆ ਅਤੇ ਆਪਣੇ ਪੁੱਤਰ ਨੂੰ ਘਰ ਦਾ ਬਾਕੀ ਰਸਤਾ ਪੈਦਲ ਚੱਲ ਕੇ ਪੂਰਾ ਕਰਨ ਲਈ ਕਿਹਾ, ਜੋ ਕਿ ਲਗਭਗ 8 ਬਲਾਕ ਦੂਰ ਸੀ। ਸਜ਼ਾ ਦੇ ਤੌਰ 'ਤੇ ਉਸ ਦਾ ਪੁੱਤਰ ਪੈਦਲ ਚੱਲ ਪਿਆ। ਜੈਮਸ ਕੁਝ ਬਲਾਕਾਂ ਤੱਕ ਉਸ ਦੇ ਨਾਲ ਨਾਲ ਤੁਰੀ। ਬਾਅਦ ਵਿੱਚ ਪੈਦਲ ਚੱਲਦੇ ਸਮੇਂ ਲੜਕੇ ਨੇ ਕਾਰ ਦੇ ਦਰਵਾਜ਼ੇ ਦੇ ਹੈਂਡਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜੈਮਸ ਨੇ ਆਪਣੀ ਕਾਰ ਦੀ ਰਫ਼ਤਾਰ ਵਧਾ ਲਈ। ਇਸ ਕਾਰਨ ਉਸ ਦਾ ਬੇਟਾ ਕਾਰ ਦੇ ਹੇਠਾਂ ਡਿੱਗ ਗਿਆ ਅਤੇ ਪਿਛਲੇ ਟਾਇਰ ਦੀ ਚਪੇਟ ਵਿੱਚ ਆ ਗਿਆ। ਹਾਲਾਂਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਘਟਨਾ ਦੁਰਘਟਨਾ ਸੀ। ਐਬਰ ਕ੍ਰੋਮਬੀ ਨੇ ਕਿਹਾ ਕਿ ਜੇਕਰ ਉਸ ਨੂੰ ਸਜ਼ਾ ਨਾ ਦਿੱਤੀ ਗਈ ਹੁੰਦੀ ਤਾਂ ਲੜਕੇ ਨੂੰ ਨੁਕਸਾਨ ਨਹੀਂ ਪਹੁੰਚਣਾ ਸੀ। ਐਬਰ ਕ੍ਰੋਮਬੀ ਨੇ ਕਿਹਾ, ਉਸ ਨੂੰ ਸ਼ਾਇਦ ਅਹਿਸਾਸ ਨਹੀਂ ਹੋਇਆ ਕਿ ਉਹ ਇਹ ਸਭ ਕਰ ਰਹੀ ਹੈ। ਨੌਜਵਾਨ ਲੜਕੇ ਨੂੰ ਅਲਬਾਮਾ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇਸ ਸਮੇਂ ਸਥਿਰ ਹਾਲਤ ਵਿੱਚ ਹੈ। ਉਸਦੇ ਸਿਰ ਅਤੇ ਪਿੱਠ 'ਤੇ ਸੱਟਾਂ ਲੱਗਣ ਕਾਰਨ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਜੈਮਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ 'ਤੇ ਬੱਚਿਆਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਗਿਆ। ਮਾਰਸ਼ਲ ਕਾਊਂਟੀ ਜੇਲ੍ਹ ਦੇ ਰਿਕਾਰਡ ਅਨੁਸਾਰ ਬਾਅਦ ਵਿੱਚ ਉਸ ਨੂੰ $50,000 ਦੇ ਬੌਂਡ 'ਤੇ ਰਿਹਾਅ ਕੀਤਾ ਗਿਆ। ਯੂਟਿਊਬ ਦੀ ਸਾਬਕਾ CEO ਸੁਜ਼ੈਨ ਵੋਜ ਸਿਚਸਕੀ ਦੇ 18 ਸਾਲਾ ਬੇਟੇ ਦੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਰਕੋ ਟ੍ਰੌਪਰ ਨਾਮੀ ਨੌਜਵਾਨ ਦੀ ਲਾਸ਼ ਕੈਲੀਫੋਰਨੀਆ ਯੂਨੀਵਰਸਿਟੀ ਦੇ ਬਰਕਲੇ ਕੈਂਪਸ ਦੇ ਇੱਕ ਹੋਸਟਲ ਵਿੱਚ ਮਿਲੀ। ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਹੈ। ਕੈਂਪਸ ਅਧਿਕਾਰੀਆਂ ਮੁਤਾਬਕ ਮਾਰਕੋ ਬਰਕਲੇ ਕੈਂਪਸ ਵਿੱਚ ਕਲਾਰਕ ਕੇਅਰ ਹੋਸਟਲ ਵਿੱਚ ਰਹਿ ਰਿਹਾ ਸੀ। ਲੰਘੇ ਮੰਗਲਵਾਰ ਸਵੇਰੇ ਉਹ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਜਦੋਂ ਉਸਦੇ ਦੋਸਤਾਂ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ, ਜਿਸ ਕਾਰਨ ਉਸਦੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਅਤੇ ਅੰਦਰ ਮਾਰਕੋ ਮਰਿਆ ਪਿਆ ਸੀ। ਉਸਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਘਟਨਾ ਸਥਾਨ 'ਤੇ ਕੋਈ ਵੀ ਨਿਸ਼ਾਨ ਨਹੀਂ ਨੇ। ਪਰ ਮਾਰਕੋ ਦੀ ਦਾਦੀ ਐਸਥਰ ਵੋਜ਼ਿਸਕੀ ਦਾ ਮੰਨਣਾ ਹੈ ਕਿ ਮਾਰਕੋ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਸਕਦੀ ਹੈ। ਉਸਦੀ ਦਾਦੀ ਮੁਤਾਬਕ ਉਹ ਨਸ਼ੇ ਦਾ ਸੇਵਨ ਕਰਦਾ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਕਿਸ ਕਿਸਮ ਦਾ ਨਸ਼ਾ ਕਰਦਾ ਸੀ। ਉਹ ਗਣਿਤ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਅਗਲੇ ਕੁਝ ਦਿਨਾਂ ਵਿੱਚ ਉਸਦਾ ਦੂਜਾ ਸਮੈਸਟਰ ਸ਼ੁਰੂ ਹੋਣ ਵਾਲਾ ਸੀ। ਅਸੀਂ ਸਾਰੇ ਉਦਾਸ ਹਾਂ ਅਤੇ ਮਾਰਕੋ ਨਾਲ ਬਿਤਾਏ ਸਮੇਂ ਬਾਰੇ ਸੋਚ ਰਹੇ ਹਾਂ। ਇਸ ਦੌਰਾਨ ਪਰਿਵਾਰ ਮਾਰਕੋ ਦੀ ਜ਼ਹਿਰ ਵਿਗਿਆਨ ਰਿਪੋਰਟ ਦੀ ਉਡੀਕ ਕਰ ਰਿਹਾ ਹੈ, ਜਿਸ ਰਾਹੀਂ ਪਤਾ ਚੱਲ ਸਕੇਗਾ ਕਿ ਮਾਰਕੋ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ। ਹਾਲਾਂਕਿ ਰਿਪੋਰਟ ਆਉਣ ਵਿੱਚ ਲਗਭਗ 30 ਦਿਨਾਂ ਦਾ ਸਮਾਂ ਲੱਗੇਗਾ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਯੁੱਧ ਸ਼ੁਰੂ ਹੋਣ ਮਗਰੋਂ ਖੇਤਰ ਵਿੱਚ 29,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਨੇ। ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਬੀਤੇ 24 ਘੰਟਿਆਂ ਵਿੱਚ 107 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਨੇ, ਜਿਸ ਮਗਰੋਂ ਯੁੱਧ ਸ਼ੁਰੂ ਹੋਣ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਸੰਖਿਆ 29,092 ਹੋ ਗਈ ਹੈ। ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਆਮ ਲੋਕ ਅਤੇ ਕਿੰਨੇ ਲੜਾਕੂ ਮਾਰੇ ਗਏ ਨੇ। ਹਾਲਾਂਕਿ ਉਹਨਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਸ਼ਾਮਲ। ਕਿਹਾ ਕਿ 62,000 ਤੋਂ ਵੱਧ ਫਲਸਤੀਨੀ ਜ਼ਖਮੀ ਹੋਏ ਨੇ। ਤੇ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ TV ਪੰਜਾਬ।